ਮਾਮਲਾ ਫਗਵਾੜਾ ਤੋਂ ਹੈ। ਆਪਣੇ ਬਰਥਡੇ ਦੀ ਪਾਰਟੀ ਕਰਨ ਗਏ ਧੀਰੇ ਨਮਕ ਨੌਜਵਾਨ ਵੱਲੋਂ ਆਪਣੇ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਦੇਣ ਲਈ ਪਟਵਾਰੀ ਢਾਬੇ 'ਤੇ ਗਿਆ ਸੀ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਕਾਰ ਉਸਦੀ ਮੌਤ ਦਾ ਕਾਲ ਬਣ ਕੇ ਸਾਹਮਣੇ ਆਈ, ਜਿਸਦੀ ਇੱਕ CCTV ਫੋਟੇਜ ਵੀ ਸਾਹਮਣੇ ਆਈ ਹੈ। ਇਸ ਹਾਦਸੇ 'ਚ ਉਸਦੇ ਦੋਸਤ ਵੀ ਜ਼ਖਮੀ ਹੋ ਗਏ। ਹਾਲਾਂਕਿ ਕਾਰ ਚਾਲਕ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ। ਕੱਟ ਪੀਆ ਕਰ ਦਾ ਮਰਜ਼ੀ ਪਟਵਾਰੀ ਢਾਬੇ ਤੋਂ ਰੋਟੀ ਖਾਣ ਆਏ ਸੀਗੇ, ਪਟਵਾਰੀ ਤੋਂ ਹੈਗੇ ਅਸੀਂ ਸਾਰੇ ਜਾਣੇ, ਅਤੇ ਅਸੀਂ ਬਰਥਡੇ ਸੀ ਧੀਰੇ ਦਾ, ਜਿਹੜੇ ਮੁੰਡਾ ਸਾਡੇ ਨਾਲ ਬਰਥਡੇ ਸੀ ਉਹਦੀ ਪਾਰਟੀ 'ਤੇ ਆਏ ਸੀ। ਅੱਜ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ, ਪਾਰਕਿੰਗ ਏਰੀਆ 'ਤੇ ਪਹੁੰਚੇ ਸੀਗੇ, ਅਤੇ ਉੱਥੇ ਹੀ ਗੱਡੀ ਵਾਲਾ ਪਿੱਛੋਂ ਆਇਆ। ਸਾਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਗੱਡੀ ਵਾਲਾ ਆਇਆ ਸਾਡੇ ਵਿੱਚ, ਉਹਨੇ ਪਾਰਕਿੰਗ ਦੇ ਵਿੱਚ ਹੀ ਮਾਰਤੀ ਗੱਡੀ, ਪਾਰਕਿੰਗ ਦੇ ਕੋਲ ਹੀ ਖੜ੍ਹੇ ਸੀ, ਅਤੇ ਅਸੀਂ ਐਕਚੁਅਲੀ ਸਾਡੀ ਅੱਧੀ ਖੜ੍ਹੇ ਸੀਗੇ ਅਸੀਂ ਉੱਥੇ, ਗੱਡੀ ਵੱਜੀ, ਸਾਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਕਿ ਅਸੀਂ ਕਿੱਥੇ ਡਿੱਗੇ ਕਿੱਥੇ ਨਹੀਂ। ਉਹਦੇ ਵਿੱਚ ਸਾਡੇ ਇੱਕ ਬੰਦੇ ਡੈਥ ਹੋ ਗਈ ਹੈ, ਜਿਹੜਾ ਜਿਹਦੀ ਉਮਰ 23 ਸਾਲ ਸੀਗੀ, ਧੀਰੇ ਨਾਲ ਸੀ। ਉਸ ਤੋਂ ਬਾਅਦ ਇੱਕ ਦੀ ਮੇਰੀ ਇੰਜਰੀ ਵਗੈਰਾ, ਸੱਟਾਂ ਵਗੈਰਾ ਲੱਗਿਆ ਸਿਰ 'ਤੇ, ਟਾਂਕੇ ਵਗੈਰਾ ਲੱਗੇ, ਇੱਕ ਕੁੜੀ ਦੇ ਚੂਲਾ 'ਤੇ ਸੱਟ ਲੱਗੀ, ਚੂਲਾ ਟੁੱਟ ਗਿਆ ਉਹਦਾ। ਮੌਕੇ 'ਤੇ ਗੱਡੀ ਵਾਲਾ ਫੜ ਲਿਆ ਪੁਲਿਸ ਨੇ ਆ ਕੇ? ਮੌਕੇ 'ਤੇ ਹਾਂਜੀ, ਪੁਲਿਸ ਨੇ ਗੱਡੀ ਵਾਲਾ ਫੜ ਲਿਆ ਆ। ਅਤੇ ਗੱਡੀ ਵਾਲਾ ਨਸ਼ੇ 'ਚ ਲੱਗਦਾ ਸੀ? ਹਾਂਜੀ, ਕਾਫੀ ਨਸ਼ੇ 'ਚ ਸੀਗਾ, ਉੱਥੇ ਡਿੱਗ ਹੀ ਜਾਂਦਾ ਸੀ ਜਦੋਂ ਬਾਹਰ ਨਿਕਲਿਆ। ਗੱਡੀ ਇੰਨੀ ਜ਼ੋਰ 'ਚ ਹੀ ਵੱਜੇ ਕਿ ਗੱਡੀ ਦੇ ਏਅਰ ਬੈਗ ਤਾਂ ਖੁੱਲ੍ਹ ਗਏ ਸੀਗੇ। ਹਾਂਜੀ, ਆਪਾਂ ਆਏ ਸੀਗੇ ਪਟਵਾਰੀ ਢਾਬੇ 'ਤੇ ਰੋਟੀ ਖਾਣ, ਪਾਰਟੀ ਮਤਲਬ ਕਰਨ ਆਏ ਸੀਗੇ। ਜਿਹੜਾ ਮੁੰਡਾ ਦੀ ਡੈਥ ਹੋਈ ਆ ਉਹਦਾ ਬਰਥਡੇ ਸੀਗਾ ਕੱਲ੍ਹ, ਅਤੇ ਅੱਜ ਪਾਰਟੀ ਕਰਨ ਆਏ ਸੀਗੇ, ਅਤੇ ਆਪਾਂ ਸਾਰੇ ਦੋਸਤ ਸੀਗੇ ਆਏ। ਜਿੱਦਾਂ ਹੀ ਅਸੀਂ ਬਾਹਰ ਨਿਕਲੇ ਹਾਂ ਅਤੇ ਅਸੀਂ 3-4 ਜਣੇ ਪਟਵਾਰੀ ਢਾਬੇ ਵੱਲ ਸੀਗੇ, ਕੁਛ ਜਿੱਦਾਂ ਸਾਡੀ ਬਾਈਕਸ ਉਹਨਾਂ ਦੇ ਸਾਹਮਣੇ ਪਾਰਕਿੰਗ 'ਚ ਖੜੀਆਂ ਸੀਗੀਆਂ, ਅਤੇ ਅੱਧੇ ਜਣੇ ਉੱਧਰ ਸੀਗੇ, 3-4 ਜਣੇ ਅਸੀਂ ਇੱਧਰਲੇ ਪਾਸੇ ਸੀਗੇ। ਪਤਾ ਨਹੀਂ ਪਿੱਛੋਂ ਕਾਰ ਆਈ, ਇੱਕ ਵਰਨਾ ਕਾਰ ਸੀਗੀ, ਨਿਊ ਮਾਡਲ ਦੀ ਵਰਨਾ ਸੀਗੀ, ਅਤੇ ਮਤਲਬ ਬਾਈਕ ਦੇ ਉੱਤੇ ਬੈਠ ਜਾਣ ਨੂੰ ਤਿਆਰ ਸੀਗੇ, ਬੈਠੇ ਹੀ ਸੀਗੇ ਜਿਹੜਾ ਮੁੰਡਾ ਧੀਰਜ ਸੀਗਾ, ਅਤੇ ਨਾਲ 3-4 ਜਣੇ ਹੋਰ ਸੀਗੇ। ਅਤੇ ਪਤਾ ਨਹੀਂ ਇੱਕਦਮ ਹੀ ਕਾਰ ਬੜੀ ਹਾਈ ਸਪੀਡ 'ਤੇ ਆਈ ਆ ਅਤੇ ਹਿੱਟ ਕੀਤੀ ਇਹਨਾਂ ਨੂੰ, 4-5 ਜਣਿਆਂ ਨੂੰ ਹਿੱਟ ਕੀਤੀ ਆ। ਅਤੇ ਇੱਕ ਲੜਕੀ ਦੇ ਹੀ ਮਤਲਬ ਸਪਾਈਨ 'ਤੇ ਮਾਇੰਡ 'ਤੇ ਵੀ ਥੋੜ੍ਹਾ ਜਿਹਾ ਹੋਇਆ ਵਾ, ਅਤੇ ਮਤਲਬ ਉਹ ਤਾਂ ਹਲ ਐਡਮਿਟ ਆ, ਬਟ ਜਿਹੜਾ ਮੁੰਡਾ ਇੱਕ ਬਾਈਕ 'ਤੇ ਸੀਗਾ ਅਤੇ ਉਹਦੀ ਡੈਥ ਹੋ ਚੁੱਕੀ ਆ। ਸਾਡਾ ਬ੍ਰਦਰ ਸੀਗਾ, ਉਹਦਾ ਬਰਥਡੇ ਸੀਗਾ ਕੱਲ੍ਹ, ਅਤੇ ਅਸੀਂ ਸਿਰਫ ਉਹਦੇ ਕਰਕੇ ਆਏ ਸੀਗੇ ਇੱਥੇ। ਅਤੇ ਜਿਹੜਾ ਦੋਸ਼ੀ ਸੀ ਉਹ ਫੜ ਲਿਆ ਮੌਕੇ 'ਤੇ? ਜਿਹੜਾ ਮੁੰਡਾ ਸੀਗਾ, ਜਿਹੜਾ ਕਾਰ ਵਾਲਾ ਸੀਗਾ, ਅਤੇ ਉਹਨੇ ਡਰਿੰਕ ਵਗੈਰਾ ਕੀਤੀ ਹੋਈ ਸੀਗੀ, ਸਰਦਾਰ ਸੀਗਾ ਮੁੰਡਾ, ਅਤੇ ਉਹ ਤਾਂ ਉੱਥੇ ਫੜ ਲਿਆ ਸੀ ਉਹਨਾਂ ਨੂੰ। ਮੁੜ ਕੇ ਪੁਲਿਸ ਵੀ ਆਈ ਸੀਗੀ, ਥੋੜ੍ਹੀ ਦੇਰ ਬਾਅਦ ਪੁਲਿਸ ਵੀ ਆਈ ਸੀ, ਅਤੇ ਉਹਦੀ ਬਣਦੀ ਜੋ ਕਾਰਵਾਈ, ਉਹਨੂੰ ਥਾਣੇ ਵਗੈਰਾ ਲੈ ਗਏ ਸੀ, ਉਹਦਾ ਮੈਡੀਕਲ ਵਗੈਰਾ ਜੋ ਵੀ ਹੋਇਆ ਸੀਗਾ। ਅਤੇ ਜਦੋਂ ਅਸੀਂ ਹੋਸਪਿਟਲ ਆਏ ਹਾਂ ਜੀ ਇੱਥੇ, ਤਾਂ ਪਤਾ ਲੱਗਾ ਕਿ ਲੜਕੀ ਦਾ ਜਿਹੜਾ ਸਾਡਾ ਬ੍ਰਦਰ ਸੀਗਾ, ਧੀਰਜ ਨਾਮ ਮੁੰਡਾ ਸੀਗਾ, ਅਤੇ ਉਹਦੀ ਡੈਥ ਹੋ ਚੁੱਕੀ ਆ, ਅਤੇ ਇੱਕ ਲੜਕੀ ਐਡਮਿਟ ਆ, ਅਤੇ ਸਾਡੀ 3-4 ਆਈ ਥਿੰਕ ਬਾਈਕਸ ਵਗੈਰਾ ਸੀਗੀਆਂ, ਇੱਕ ਬਾਈਕ ਸੀਗੀ, 2 ਐਕਟੀਵਾ ਸੀਗੀਆਂ, ਉਹ ਸਾਰੀਆਂ ਕ੍ਰੈਸ਼ ਹੋ ਚੁੱਕੀਆਂ ਵਾ, ਅਤੇ ਇੱਕ ਮੁੰਡੇ ਦੇ ਲੈਗ 'ਤੇ ਲੱਗੀ ਆ, ਇੱਕ ਦੇ ਸਿਰ 'ਤੇ ਟਾਂਕੇ ਲੱਗੇ ਆ, ਅਤੇ ਇੱਕ ਦੇ ਬਾਂਹ 'ਤੇ ਲੱਗੀ ਹੋਈ ਆ। ਅਤੇ ਰੋਹਿਤ ਜੀ, ਕੀ ਮਾਮਲਾ ਕੀ ਹੈ ਸਰ, ਜਿਹੜਾ ਇੱਕ ਐਕਸੀਡੈਂਟ ਹੈ? ਰਾਤੀ ਰੋਟੀ ਖਾਣ ਗਏ ਸੀਗੇ ਪਟਵਾਰੀ ਢਾਬੇ, ਅਤੇ ਰੋਟੀ ਖਾ ਕੇ ਨਿਕਲੇ ਆ, ਪਾਰਕਿੰਗ ਦੇ ਵਿੱਚ ਬਾਈਕ ਚੱਕਣ ਚੱਲੇ ਸੀਗੇ, ਅਤੇ ਉਹਨਾਂ ਨੂੰ ਇੱਕ ਗੱਡੀ ਆਈ ਅਤੇ ਉਹਨੇ ਡਰਿੰਕ ਕੀਤੀ ਸੀ ਸ਼ਾਇਦ ਬੰਦੇ ਨੇ, ਉਹਨੇ ਸਾਰਿਆਂ ਨੂੰ ਉਡਾ ਕੇ ਮਾਰਿਆ। ਅਤੇ ਕਿੰਨੇ ਵਿਅਕਤੀ ਸੀ ਆਪਾਂ? ਅਸੀਂ ਉੱਦਾਂ ਟੋਟਲ 9 ਜਣੇ ਸੀ, 6-5 ਜਣੇ ਦੇ ਸੱਟਾਂ ਲੱਗੀ। ਗੱਡੀ 'ਚ ਗਏ ਤੁਸੀਂ? ਨਹੀਂ, ਮੋਟਰਸਾਈਕਲ ਵਗੈਰਾ 'ਤੇ ਅਸੀਂ ਉੱਦਾਂ ਸਾਈਡ 'ਤੇ ਹੀ ਖੜ੍ਹੇ ਸੀਗੇ। ਅਤੇ ਜਿਹਦੀ ਡੈਥ ਹੋਈ ਉਹਦਾ ਨਾਮ ਵਗੈਰਾ ਕੁਛ? ਠੀਕ ਸੀਗਾ, ਮੇਰਾ ਛੋਟਾ ਭਰਾ। ਅੱਛਾ ਜੀ, ਅਤੇ ਕਿੰਨੇ ਕੁ ਵਜੇ ਹਾਦਸਾ ਹੋਇਆ ਸਰ? ਇਹ 10:30 ਵਜੇ ਦੇ ਕਰੀਬ ਰਾਤੀ। ਅਤੇ ਪੁਲਿਸ ਕੰਪਲੇਂਟ ਕੀਤੀ ਇਸ ਮਾਮਲੇ ਨੂੰ? ਹਾਂਜੀ, ਪੁਲਿਸ ਨੂੰ ਕੰਪਲੇਂਟ ਕੀਤੀ ਆ, ਬੰਦਾ ਪੁਲਿਸ ਦੇ ਕੋਲ ਹੀ ਆ, ਅਤੇ ਪੋਸਟਮਾਰਟਮ 11 ਵਜੇ ਕਰੀਬ।
ਕੋਈ ਕੈਮਰਿਆਂ ਦੇ ਵਿੱਚ ਆਇਆ ਸੀਸੀਟੀਵੀ ਕੈਮਰੇ? ਹਾਂਜੀ ਸੀਸੀਟੀਵੀ ਲੱਗੀ ਆ, ਪੁਲਿਸ ਆਪਣੇ ਕਰ ਰਹੀ ਹੈ ਸਾਰੀ ਕਾਰਵਾਈ। ਅਤੇ ਹੋਇਆ ਕਿੱਥੇ ਗਏ ਸਰ? ਇਹ ਪਟਵਾਰੀ ਢਾਬੇ ਦੇ ਬਿਲਕੁਲ ਬਾਹਰ। ਅਤੇ ਟੋਟਲ ਕਿੰਨੇ ਵਿਅਕਤੀ ਘਾਇਲ ਹੋਏ ਆ? ਚਾਰ ਜਣਿਆਂ ਦੇ ਹੋਰ ਸੱਟਾਂ ਲੱਗੀਆਂ, ਇੱਕ ਦੀ ਹਜੇ ਵੀ ਕੰਡੀਸ਼ਨ ਕ੍ਰਿਟੀਕਲ ਆ, ਉਹ ਆਈ ਸੀ ਯੂ ਦੇ ਵਿੱਚ ਆ, ਜੋਲ ਹੋਸਪਿਟਲ ਦੇ ਵਿੱਚ। ਅਤੇ ਬਾਕੀ ਦੇ ਕਿੱਥੇ ਰੱਖੇ? ਬਾਕੀ ਦੇ ਉਹ ਉਹਨਾਂ ਨੂੰ ਘਰ ਲੈ ਆਏ ਆ, ਇੱਕ ਦੇ ਸਿਰ ਦੇ ਵਿੱਚ ਲੱਗੀ, ਇੱਕ ਦੇ ਮੋਢੇ 'ਤੇ ਔਰ ਲੱਤ 'ਤੇ ਲੱਗੀ ਆ।